ਸ਼ਤਿਸ਼੍ਰੀ ਰਾਮ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਜੌਬ ਗਰੁੱਪ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਜਿਹੜਾ ਫਿਜ਼ੀਕਲ ਚੱਲ ਰਿਹਾ ਹੈ ਜੀ ਉਹਦੇ ਵਿੱਚ ਕਈ ਬੱਚਿਆਂ ਨੇ ਮੈਨੂੰ ਮੈਸੇਜ ਕਰੇ ਨੇ ਜੀ ਫਿਜ਼ੀਕਲ ਦੇ ਕੇ ਆਏ ਨੇ ਵਿੱਚ ਬੱਚੇ ਕਹਿੰਦੇ ਵੀ ਜੇ ਬਾਈ ਚਾਂਸ ਰਿੱਟ ਲੱਗੀ ਹੋਈ ਹੈ ਜੀ ਮਤਲਬ ਜੇ ਆਪਾਂ ਕਹਿ ਦਿੰਦੇ ਆ ਰਿੱਟ ਲੱਗ ਜਾਂਦੀ ਹੈ ਇਹਦੇ ਉੱਤੇ ਵੀ ਪੰਜਾਬ ਪੁਲਿਸ ਦੇ ਜਿਹੜੀ ਕਾਂਸਟੇਬਲ ਦੀ ਪੋਸਟ ਹੈ ਜੀ ਇਹਦੇ ਉੱਤੇ ਜੇ ਕੋਈ ਰਿੱਟ ਲਗਾ ਦਿੰਦੇ ਨੇ ਤਾਂ ਵੀ ਜਿਹੜੀ ਭਰਤੀ ਆ ਰੱਦ ਹੋ ਸਕਦੀ ਹੈ ਅੱਜ ਆਪਾਂ ਇਸੇ ਬਾਰੇ ਗੱਲ ਕਰਾਂਗੇ ਜੀ ਤੁਹਾਡੇ ਨਾਲ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਾਣੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਚਲੋ ਆਪਾਂ ਸਟਾਰਟ ਕਰਦੇ ਹਾਂ ਇਹ ਵੀਡੀਓ ਮੇਨ ਗੱਲ ਕਈ ਬੱਚਿਆਂ ਨੇ ਜਿਹੜੇ ਮੈਸੇਜ ਨੇ ਮੈਨੂੰ ਆਨੇ ਲੱਗਿਆ ਮੈਂ ਤੁਹਾਨੂੰ ਵੀ ਦੱਸਣਾ ਚਾਹੀਦਾ ਹੈ ਵੀ ਜੇ ਬਾਈ ਚਾਂਸ ਰੱਟ ਲੱਗ ਜਾਂਦੀ ਹੈ ਤਾਂ ਦੇਖੋ ਭਰਤੀ ਰੱਦ ਨਹੀਂ ਹੁੰਦੀ ਆਪਾਂ ਸਭ ਨੂੰ ਪਤਾ ਜੀ ਜਿਹੜਾ ਪੰਜਾਬ ਪੁਲਿਸ ਕਨਸਟੇਬਲ ਦਾ ਫਿਜ਼ੀਕਲ ਇਹ ਚੱਲ ਰਿਹਾ ਹੈ ਦੇਖੋ ਜਿਹੜਾ ਫਿਜ਼ੀਕਲ ਆ ਉਹ ਇਸੇ ਤਰ੍ਹਾਂ ਪੂਰਾ ਹੋਊਗਾ ਜੀ ਠੀਕ ਹੈ ਵੀ ਹੁਣ ਜਿਵੇਂ ਕਹਦੇ ਜੀ ਰੈਟ ਲੱਗ ਗਈ ਬਾਈ ਚਾਂਸ ਅਸਲ ਤਾਂ ਲੱਗੇ ਨਾ ਕਿਉਂਕਿ ਬਹੁਤ ਜ਼ਿਆਦਾ ਬੱਚਿਆਂ ਦੇ ਜਿਹੜੇ ਆਪਾਂ ਇਹ ਕਹਿੰਦੇ ਦੇਖੋ ਜਿਹੜੀ ਜਿਹੜੀਆਂ ਆਪਾਂ ਨੂੰ ਮੁਸ਼ਕਲਾਂ ਧੀਆਂ ਵੀ ਨੰਬਰ 1 ਤੇ ਕਿਤਾਬ ਨੂੰ ਨੋਰਮਲਾਈਜੇਸ਼ਨ ਹੋ ਕੇ ਮਾਰਕਸ ਸ਼ੋਅ ਕਰਦੇ ਤੇ ਉਹ ਵੀ ਉਹਨਾਂ ਨੇ ਐ ਕਰਤੇ ਆਪਣੇ ਕੁਸ਼ਕ ਜਿਹੜੀਆਂ ਮੰਗਾ ਧੀਆਂ ਜਿਹੜੀਆਂ ਸਹੀ ਮੰਗਾ ਨੇ ਉਹ ਪੂਰੀਆਂ ਕਰ ਦਿੱਤੀਆਂ ਕਹਿੰਨੇ ਕਈ ਹੁਣ ਬੱਚੇ ਮੰਗ ਰਹੇ ਨੇ ਜੀ ਵੀ ਰੈਟ ਲਗਾਓ ਠੀਕ ਹੈ ਜੀ ਵੀ ਕਿ ਭਰਤੀ ਕੈਨਸਲ ਕਰਾਓ ਨਹੀਂ ਭਰਤੀ ਆਪਾਂ ਕੈਨਸਲ ਕਰਾਉਣੀ ਵੀ ਮੇਨ ਗੱਲ ਹੈ ਜਿਹੜੀ ਆਪਾਂ ਤੁਸੀਂ ਆਏ ਮੰਗੋ ਵੀ ਜਿਹੜੀ ਬਾਕੀ ਭਰਤੀਆਂ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਕੰਪਲੀਟ ਕਰਾਓ ਤਾਂ ਜੋ ਜਿਹੜੇ ਬਾਕੀ ਕੈਂਡੀਡੇਟ ਨੇ ਕਾਂਸਟੇਬਲ ਦੇ ਅੱਧ ਤੋਂ ਵੱਧ ਕੈਂਡੀਡੇਟ ਉੱਧਰ ਚਲੇ ਜਾਣਗੇ ਤੁਹਾਡੇ ਜਿਹੜੇ ਹੈੱਡ ਕਾਂਸਟੇਬਲ ਆ ਗਿਆ ਸਬ ਇਨਸਪੈਕਟਰ ਆ ਗਿਆ ਉਹਦੇ ਵਿੱਚ ਚਲੇ ਜਾਣਗੇ ਮੇਨ ਗੱਲਾਂ ਇਹ ਜੀਆਂ ਮੰਗਾ ਮੰਗਿਆ ਕਰੋ ਤੇ ਬਾਕੀ ਭਰਤੀ ਕੋਈ ਕੈਨਸਲ ਨਹੀਂ ਹੋ ਸਕਦੀ ਤੇ ਹੁਣ ਜਿਹੜੀ ਰੇਟ ਲੱਗਣ ਨਾਲ ਤੁਹਾਨੂੰ ਦੱਸ ਹੀ ਦਿੱਤਾ ਵੀ ਇਹ ਜਿਹੜੀ ਫਿਜ਼ੀਕਲ ਹੈ ਇਸੇ ਤਰ੍ਹਾਂ ਪੂਰਾ ਹੋਊਗਾ ਜੀ ਠੀਕ ਹੈ ਜਦੋਂ ਪੂਰਾ ਹੋ ਗਿਆ ਉਸ ਤੋਂ ਬਾਅਦ ਇਹਦੀ ਅੱਗੇ ਦੀ ਕਾਰਵਾਈ ਨਹੀਂ ਕੋਈ ਹੋਊਗੀ ਠੀਕ ਹੈ ਜੀ ਜਿਵੇਂ ਆਪਾਂ ਕਹਦੇ ਨੇ ਵੀ ਜੁਆਇਨਿੰਗ ਹੋਜੂਗੀ ਜਾਂ ਵਰਦੀ ਪੈਜੂਗੀ ਉਹਨਾਂ ਬੱਚਿਆਂ ਨੂੰ ਮਤਲਬ ਉਹਨਾਂ ਤੱਕ ਜਿੰਨਾ ਤੱਕ ਕੇਸ ਚੱਲੂਗਾ ਉਹਨਾਂ ਤੱਕ ਰਹੇ ਇਹਨੂੰ ਪੂਰੀ ਨਹੀਂ ਕਰ ਸਕਦੇ ਮਤਲਬ ਜਿੰਨਾ ਤੱਕ ਰਹੇ ਫਿਜ਼ੀਕਲ ਦਾ ਇਹਨਾਂ ਦਾ ਕੰਪਲੀਟ ਹੋਊਗਾ ਹੀ ਠੀਕ ਹੈ ਫਿਜ਼ੀਕਲ ਨਹੀਂ ਵਿੱਚ ਵਿਚਾਲੇ ਰੁਕਦਾ ਠੀਕ ਹੈ ਜੀ ਬਾਕੀ ਹੋਰ ਵੀ ਤੁਹਾਡੇ ਮਨ ਦੇ ਵਿੱਚ ਕੁਐਸਚਨਾਂ ਤਾਂ ਸਾਨੂੰ ਕਮੈਂਟ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ